ओम शांति मैं अरमिष चंद्र थापर इस ज्ञान ਦੇ ਵਿੱਚ ਆਏ ਨੂੰ 6-7 ਸਾਲ ਹੋ ਗਏ ਮੈਨੂੰ ਜੋ ਮੈਂ ਇੱਥੇ ਆਣ ਕੇ ਅਨੁਭਵ ਕੀਤਾ ਹੈ ਮੈਂ ਸ਼ਾਇਦ ਕਿਸੇ ਵੀ ਸੰਸਥਾ ਦੇ ਵਿੱਚ ਇਹਨਾਂ ਅਨੁਭਵ ਨਹੀਂ ਕਰ ਸਕਿਆ ਜਿੰਨਾ ਕਿ ਮੈਂ ਇੱਥੇ ਅਨੁਭਵ ਕੀਤਾ ਹੈ ਮੈਂ ਸਪੋਰਟਸ ਦੇ ਨਾਲ ਰਿਲੇਟਡ ਸੀਗਾ ਔਰ ਗੇਮ ਦੇ ਵਿੱਚ ਇੰਨਾ ਪ੍ਰਭਾਵਿਤ ਹੋ ਕੇ ਖੇਡਦਾ ਸੀਗਾ ਵੀ ਦੂਸਰਾ ਬੰਦਾ ਚਿਤ ਹੋ ਜਾਂਦਾ ਸੀਗਾ ਬਚਪਨ ਦੇ ਵਿੱਚ ਮੈਂ महावीर हनुमान जी ਦਾ ਪੁਜਾਰੀ ਸੀਗਾ ਉਹਦੇ ਨਾਲ-ਨਾਲ ਮੇਰੀ ਮਾਤਾ ਜੀ ਨੇ ਮੈਨੂੰ ਰਾਧਾ ਸਵਾਮੀ ਡੇਰੇ ਤੇ ਵਿਆਜ ਦੇ ਵਿੱਚ ਸਤਸੰਗ ਦਾ ਵਿੱਚ ਮੈਂ ਨਾਮ ਭਜਨ ਲਿਆ ਲੇਕਿਨ ਮੇਰੀ ਤਲਾਸ਼ ਕੁਝ ਔਰ ਚ ਸੀਗੀ ਮੈਨੂੰ ਆਤਮਾ ਔਰ ਪ੍ਰਮਾਤਮਾ ਦਾ ਮਿਲਨ ਦੇ ਬਾਰੇ ਕੁਝ ਨਹੀਂ ਸੀ ਪਤਾ ਲੇਕਿਨ ਉਹਦੀ ਮੇਂ ਤਲਾਸ਼ ਸੀ ਵੀ ਆਤਮਾ ਔਰ ਪ੍ਰਮਾਤਮਾ ਦਾ ਕਿੱਦਾਂ ਮਿਲਨ ਹੁੰਦਾ ਮੈਨੂੰ ਉਹਦੇ ਬਾਰੇ ਨਹੀਂ ਸੀ ਉਖ ਮੈਂ ਖੋਜਦਾ ਵਿਆ ਸੀਗਾ ਮੈਂ ਦਰ ਦਰ ਗੁੰਮ ਰਿਆ ਸੀਗਾ ਕਿਤੇ ਮੈਨੂੰ ਮਨ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਐਟ ਲਾਸਟ ਮੇਰੀ ਇੱਕ ਭੈਣ ਜੀ ਹੈ ਪ੍ਰਿਆਦਰਸ਼ਨੀ ਉਹ ਮੈਨੂੰ ਇੱਥੇ ਆਣ ਕੇ ਲੈ ਕੇ ਆਈ ਜੋ ਇੱਥੇ ਬ੍ਰਹਮ ਕੁਮਾਰੀ ਆਸ਼ਰਮ ਦੇ ਵਿੱਚ ਮੈਨੂੰ ਅਨੁਭਵ ਹੋਇਆ ਸ਼ਾਇਦ ਦੁਨੀਆ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਇਹਦਾ ਅਨੁਭਵ ਨਹੀਂ ਹੋ ਸਕਦਾ ਔਰ ਮੈਨੂੰ ਇੱਥੇ ਮੈਂ ਇੱਕ ਭੈਣੀਆਂ ਨੇ ਇੱਥੇ ਮੈਨੂੰ ਇਸ ਤਰ੍ਹਾਂ ਤਰਾਸ਼ਾ ਮੇਰਾ ਹਰ ਵਕਤ ਤਨ ਮਨ ਦਨ ਜਣਾ ਵੀ ਇਹ ਸੇਵਾ ਦੇ ਵਿੱਚ ਸਮਰਪਿਤ ਰਹਿੰਦਾ ਕੋਈ ਮੈਨੂੰ ਪੰਜ ਜੀ ਕੋਈ ਵੀ ਮੈਸੇਜ ਦੇਵੇ ਤਾਂ ਮੈਂ ਉਸ ਤਰੰਤ ਉਸੇ ਸੇਵਾ ਤੇ ਹਾਜ਼ਰ ਹੋ ਜਾਂਦਾ ਔਰ ਇਹਨਾਂ ਨੇ ਦ੍ਰਿਸ਼ਟੀ ਬਿਸ਼ਟੀ ਔਰ ਮਨ ਨੂੰ ਕਿਵੇਂ ਪਵਿੱਤਰ ਰੱਖਣਾ ਮਨ ਨੂੰ ਤਨ ਨੂੰ ਸਵਸਥ ਨੂੰ ਕਿਸ ਤਰ੍ਹਾਂ ਪਵਿੱਤਰ ਰੱਖਣੇ ਸਾਹਿਬ ਆਵਾਜ਼ੀ ਦੇਣਾ ਔਰ ਅੱਜ ਦੀ ਡੇਟ ਦੇ ਵਿੱਚ ਮੈਂ ਮੇਰੇ ਆਪਣੇ ਔਰ ਦੀਦੀ ਨੇ ਇਹ ਵੀ ਸਾਨੂੰ ਸਮਝਾਇਆ ਇੱਥੇ ਵੀ ਗਰਗ੍ਰਸਤੀ ਚ ਰਹਤੇ ਹੋਏ ਤੁਸੀਂ ਆਪਣੇ ਪਰਿਵਾਰ ਦੀ ਕਿੱਦਾਂ ਪਾਲਣਾ ਕਰਨੀ ਹੈ ਸਾਰੀ ਬਾਬਾ ਜੀ ਦੇ ਉੱਥੋਂ ਸਿੱਖੀ ਹੈ। ਔਰ ਮੈਂ ਤਕਰੀਬਨ ਫੀਲਡ ਦੇ ਵਿੱਚ ਜਿਆਦਾ ਰਹਿਣਾ ਫੀਲਡ 'ਚ ਜਿਆਦਾ ਰਹਿੰਦੇ باوجود ਕਈ ਵਾਰੀ ਮੂਰਲੀ ਮੈਂ ਸਵੇਰ ਦੀ ਨਹੀਂ ਸੁਣ ਸਕਦਾ। ਲੇਕਿਨ ਸ਼ਾਮ ਨੂੰ ਮੈਂ ਮੂਰਲੀ ਅਕਸਰ ਸੁਣਦਾ। ਨਹੀਂ ਵੀ ਮੈਂ ਸੁਣ ਸਕਦਾ ਤਾਂ ਮੈਂ ਮੋਬਾਈਲ ਦੇ ਉੱਤੇ ਅਕਸਰ ਮੈਂ ਚੱਲਦਾ ਫਿਰਦਾ ਮੂਰਲੀ ਦੇ ਮੰਥਨ ਕਰਦਾ ਰਹਿੰਦਾ ਹੈਗਾ। ਮੈਂ ਆਪਣੇ ਅਨੁਭਵ ਦੀ ਗੱਲ ਕਰਾਂ ਦੱਸਾਂ। ਮੈਂ ਪਹਿਲਾਂ ਕਾਫੀ ਗ੍ਰੈਸਿਵ ਸੀਗਾ ਲੇਕਿਨ ਇਸ ਬਾਬਾ ਜੀ ਨੇ ਤੇ ਗਿਆਨ ਦੇ ਵਿੱਚ ਮੈਨੂੰ ਇਤਨਾ ਠਹਿਰਾਵ ਦਿਆ ਨਾ ਵੀ ਅੱਜ ਦੀ ਡੇਟ ਦੇ ਵਿੱਚ ਮੈਂ ਇਤਨਾ ਕੋਈ ਵੀ ਮੈਨੂੰ ਕੋਈ ਸ਼ਿਕਾਇਤ ਮੈਨੂੰ ਉਹਦੇ ਤੇ ਕੋਈ ਤਣਾਅ ਨਹੀਂ ਆਂਦਾ ਮੈਂ ਆਪਣੇ ਪਰਸਨਲ ਅਨੁਭਵ ਦੀ ਗੱਲ ਕਰਨਾ ਚਾਹੁੰਦਾ ਬੜੀ ਅਨੁਭਵ ਦੀ ਗੱਲ ਕਰਦਾ ਮੇਰੇ ਬੇਟਾ ਇੰਗਲੈਂਡ 'ਚ ਰਹਿੰਦਾ ਸੀਗਾ ਉਹ ਕਿਸੇ ਕਾਰਨ ਵਸ਼ ਉੱਥੇ ਪਕੜਿਆ ਗਿਆ ਮੈਂ ਇਥੇ ਆਸ਼ਰਮ 'ਚ ਆਇਆ ਤਾਂ ਦੀਦੀ ਨੇ ਮੈਨੂੰ ਪੁੱਛਿਆ ਬੀ ਕੀ ਗੱਲ ਹੈ ਮੈਂ ਉਹਨਾਂ ਨੂੰ ਦੱਸ ਦਿੱਤੀ ਇਹ ਗੱਲ ਹੈ ਦੀਦੀ ਨੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੋ ਜਾਏਗਾ ਲੇਕਿਨ ਫੇ ਵੀ ਇੱਕ ਮਨ ਦੇ ਵਿੱਚ ਸ਼ੰਕਾ ਰਹਿੰਦੀ ਸੀ ਕਹਿੰਦੀ ਸਾਰਾ ਆਪਣਾ ਜਿੰਨਾ ਵੀ ਬੋਝ ਹੈ ਇਹ ਬਾਬਾ ਜੀ ਨੂੰ ਕਮਰੇ 'ਚ ਜਾ ਕੇ ਬਾਬਾ ਜੀ ਨੂੰ ਦੇ ਦੇ ਤਾ ਮੈਂ ਬਾਬਾ ਜੀ ਨੂੰ ਚਿੱਠੀ ਲਿਖੀ ਬਾਬਾ ਜੀ ਨੂੰ ਮੈਸੇਜ ਦੇ ਦੇ ਦਿੱਤਾ ਉਸ ਤੋਂ ਬਾਅਦ ਭੈਣੀਆਂ ਨੇ ਸਾਨੂੰ ਸੁਰਜ ਭਾਈ ਜੀ ਨੂੰ ਮੈਨੂੰ ਮਿਲਾਇਆ ਸੁਰਜ ਭਾਈ ਜੀ ਨੇ ਵੀ ਇਹ ਕਿਹਾ ਵੀ ਬੇਟਾ ਆਪ ਦਾ ਕੰਮ ਹੋ ਜਾਏਗਾ ऐसा नोब रहा दीदी ने दीदी के मन में इतनी सच्चाई और सफाई है जो कम कहती है वो पूरा हो जाता है वो सच्चाई से बाबा की प्रेरणा किससे मेरे बेटे की चार बार डिक्लाइन पासपोर्ट वापस होने की डेट लगी लेकिन वो एयरपोर्ट से वापस आता रहा गेट उन्होंने कोर्ट के बीच चला गया कोर्ट के बाद दीदी ने मैं दसा दीदी आज उन्होंने दी कोविड की फाइनल डेट है दीदी ने कहा बाबा के रूम में जा अपना सारा मैसेज दे दो फिर मेरे से बात करना मैं बाबा के रूम के गया बाबा जी की सारी बात बताई दीदी ने मेरे को बोला आपका काम मंगल है उसी दिन शाम से मेरा बेटा शाम को बरी हो गया वो आज की डे में इंग्लैंड में पूरी तरह स्वस्थ और स्वस्थ है ये सब किसके कारण हुआ बाबा के कारण बाबा की इतने मुझे निष्ठा है निष्ठा प्रवचा सब कुछ है बाबा मेरे तन मन धन से मैं बाबा की सेवा करता हूँ और आगे भी करता रहूँगा और आगे भी करता रहूँगा ओम शांति